ਜੀ ਅਸਲਾਮ ਵਾਲੇਕੁਮ ਦੋਸਤੋ, ਅੱਜ ਵੀਰਾਂ ਲਈ ਜਨਾਬ ਗੈਂਬਰ ਮੰਡੀ ਤੋਂ ਇੱਕ ਪਹਿਲਣ ਚੋਟੀ। ਪਰ ਕਿਆ ਹੀ ਬਾਤਾਂ ਨੇ, ਅੱਲਾ ਪਾਕ ਨੇ ਜਿਹੜਾ ਇਹਨੂੰ ਹੁਸਨ ਦਿੱਤਾ ਨਾ, ਕਮਾਲ ਦਾ। ਤਾਰੀਖ ਅੱਜ 5 ਚੌਥਾ ਮਹੀਨਾ 2024, ਤੇ ਜੁਮਾਤੁਲ ਮੁਬਾਰਕ ਦਾ ਦਿਨ ਹੈ। ਪਰ ਪਹਿਲਣ ਚੋਟੀ ਹੈ ਤੇ ਖੂਬਸੂਰਤ ਬੜੀ ਹੈ। ਬਾਕੀ ਜਿਹੜੀ ਗੱਲਬਾਤ ਹੈ ਭਾਈ ਅਹਿਮਦ ਨਾਲ ਹੋਏਗੀ, ਮਾਸ਼ਾਅੱਲਾ। ਜਿੰਨੇ ਮੇਰੇ ਵੀਰ ਸ਼ੌਕ ਕਰਦੇ ਨੇ ਨੀਲੀ ਬਾਰ ਦਾ, ਤੇ ਐ ਵੀ ਪਿਓਰ ਨੀਲੀ ਦੀ ਇਲਾਕਾ ਚੰਗਾ। ਅਸਲਾਮ ਵਾਲੇਕੁਮ ਭਾਈ ਅਹਿਮਦ, ਕੀ ਹਾਲ ਨੇ? ਸਿਹਤ ਵੀ ਹੈ, ਠੀਕ ਹੈ? ਆਪਦੇ ਵੱਲੇ ਸੱਦੋ ਹੈ ਇਹਨੂੰ, ਤੁਹਾਡੇ ਵੱਲੇ ਬੱਚੇ ਤੇ ਬਿਲਕੁਲ ਕਲੀਅਰ ਹੈ ਨਾ, ਮਾਸ਼ਾਅੱਲਾ। ਪਹਿਲਣਾ ਦਾ ਇਹ ਹੀ ਹੁੰਦਾ ਨਾ, ਬੱਚੇ ਤੇ ਅਸੀਲ ਸਹੂ ਹੋਵੇ, ਬੱਚੇ ਪਰ ਉਹਨਾਂ ਕੋਈ ਕੌੜ ਛੋੜ ਕਰਦੀ ਹੋਵੇ। ਅੱਛਾ, ਇਸ ਟਾਈਮ ਜਿਹੜੀ ਆਪਾਂ ਫਰੇਮ 'ਚ ਝੂਟੀ ਬਹਾ ਰਹੇ ਹਾਂ, ਕਿੰਨਵਾਂ ਪਹਿਲਾ ਸੁਬਾਹ? ਅੱਛਾ, ਤੇ ਮੂੰਹ ਕਿਵੇਂ? ਚੌਗੀ ਥੱਲੇ ਕੀ ਬੱਚਾ ਕੀ ਕਹਿੰਦੇ? ਕਿੰਨੇ ਦਿਨਾਂ ਦੀ ਸੂਈ ਹੈ? ਚੌਥਾ ਦਿਨ ਸੂਈ ਨੂੰ ਹੈ, ਤੇ ਖੂਬਸੂਰਤੀ ਕਮਾਲ ਦੀ ਹੈ। ਤੇ ਆ ਜਾ ਮਾੜਾ ਜਿਹਾ ਦੱਸ ਇਹਦੇ ਆ ਜਿਹੜੇ ਇਹਦੇ ਮੁਤਲਕ ਵੀ ਕੀ ਇਹਦੀਆਂ ਬਰੀਕੀਆਂ ਸ਼ਰੀਕੀਆਂ, ਕਿਉਂਕਿ ਤੁਸੀਂ ਨੀਲੀ ਦੇ ਬੰਦੇ ਜਿਹੜੇ ਸੀ ਨਾ, ਹੈ? ਅੱਛਾ, ਇੱਕ ਅੱਡੀ ਬਿਲਕੁਲ ਬਰੀਕ ਹੈ, ਥਣ ਸੋਹਣਾ ਲੱਗਿਆ, ਚੰਗੀ ਚਵਾਈ। ਅੱਛਾ, ਕਿੰਨੇ ਦਿਨਾਂ ਦੀ ਸੂਈ ਥੱਲੇ ਤੇ ਕੱਟੀ? ਕੱਟੀ ਵੀ ਚੈੱਕ ਕਰਾਓ, ਮਾਸ਼ਾਅੱਲਾ ਜੀ, ਚਿਹਰਾ ਝੋਟੀ ਦਾ ਵੇਖਣਾ, ਕਿਆ ਹੀ ਬਾਤ ਹੈ। ਮੈਂ ਨਾ ਜਿਵੇਂ ਮਾਂ ਦੀਆਂ ਅੱਖਾਂ ਨੇ ਉਵੇਂ ਦੋਵੇਂ ਇੰਨੀਆਂ ਨੇ, ਪਿੱਛੋਂ ਬਹਾ ਬੈਕ ਸਾਈਡ ਤੋਂ ਸੋਹਣੀ ਕੱਟੀ, ਕਿਆ ਬਾਤ ਹੈ ਜੀ, ਜਿੰਦਾਬਾਦ ਭਾਈ ਅਹਿਮਦ। ਆਓ ਦੱਸੋ ਇਹਦੇ ਮੁਤਲਕ, ਇਹਦੀ ਕੀ ਇਹਦੀ ਡਿਟੇਲ ਹੈ, ਕੀ ਇਹਦੀ ਗੱਲਬਾਤ ਹੈ? ਉਵੇਂ ਅਸੀਲ ਸਾਹੂ ਬਿਲਕੁਲ। ਅੱਛਾ ਅੱਛਾ, ਇਹਦੀ ਨਾ ਆਪਣਾ ਅਹਿਮਦ ਟੂਰ ਕੀ ਵੀ ਇਹਨੂੰ ਚੈੱਕ ਕਰਾਵੇ ਨਾ, ਖੋਲ ਲੈ ਤੇ ਕੱਟੀ ਨੂੰ ਫੜੀ, ਤਾਂ ਕਿ ਪਤਾ ਲੱਗ ਜਾਵੇ ਵੀ ਕੋਈ ਕੌੜ ਛੋੜ ਤਾਂ ਨਹੀਂ ਕਰਦੀ। ਮੈਂ ਕਿਹਾ ਜੀ ਸਿੰਘੀਆਂ ਇੰਜ ਨੇ, ਬੰਦਾ ਉੱਤੇ ਜਿਹੜਾ ਨਾ ਇੱਕ ਉਂਗਲ ਰੱਖੇ ਲੁਕ ਜਾਂਦੀਆਂ ਨੇ, ਸੋਹਣੀਆਂ ਬਿਲਕੁਲ, ਮੋੜ ਕੇ ਕਾਠਾਂ ਦੇ ਵਿੱਚ, ਤੇ ਫਾੜੀ ਵਾਲਾ ਚੱਡਾ ਬਿਲਕੁਲ ਆਸਤਾ ਆਸਤਾ ਟੁਰਿਆ ਜੀ, ਮਾਸ਼ਾਅੱਲਾ। ਥੱਲੇ ਵਲੈਤਣਾ ਗਾਵਾਂ ਥਰਾ ਚੱਡਾ ਜਨਾਬ, ਜਿਹੜਾ ਨਾ ਫਾੜੀ ਵਾਲਾ, ਥਣਾਂ ਦੀ ਵੰਡ ਸੋਹਣੀ ਚਾਰਾਂ ਪਾਸੋਂ। ਭਾਈ ਅਹਿਮਦ ਅਸੀਂ ਗੇੜਾ ਦੇ ਲਿਆ ਹੁਣ, ਇਹਦਾ ਮਤਲਬ ਕਿ ਬੱਚੇ ਤੇ ਤਾਂ ਬਿਲਕੁਲ ਅਸੀਲ ਸਹੂ ਹੈ। ਇੱਧਰ ਲੈ ਚਲੋ ਆ ਬੱਚਾ, ਅੱਗੇ ਟੋਰੋ ਰਾਣੋ। ਦੇਖੋ ਜੀ, ਪਹਿਲਣ ਅਗਰ ਚੈੱਕ ਕਰਨੀ ਹੋਵੇ ਨਾ, ਤੁਸੀਂ ਬੱਚਾ ਲੈ ਕੇ ਟੁਰੋ ਵੀ ਬੱਚੇ ਤੇ ਬਿਲਕੁਲ ਕਲੀਅਰ ਹੈ, ਤੇ ਜਿਹੜੀ ਨਾ ਝੋਟੀ ਬਿਲਕੁਲ ਬੱਚੇ ਤੇ ਕਲੀਅਰ। ਮੂੰਹ ਕਿਵੇਂ ਭਲਾ ਆਪਣਾ ਅਹਿਮਦ? ਚੌਗੀ? ਅੱਛਾ, ਕਿੰਨਾ ਕੁ ਇਸ ਟਾਈਮ ਬੋਲਾ ਕਰਦੀ ਪਈ? ਕੱਟੀ ਬੰਨ ਲਓ ਤੇ ਆਓ ਮੇਰੇ ਨਾਲ, ਇਹਦੀ ਜਿਹੜੀ ਨਾ ਡਿਟੇਲ ਕਰੋ ਵੀ ਕੀ ਇਹਦਾ ਲੇਖਾ ਸ਼ੇਖਾ ਕਰਨਾ। ਨਸਲ ਬੜੀ ਹੈ ਜੀ, ਮਾਸ਼ਾਅੱਲਾ। ਅਹਿਮਦ ਕੋਈ ਥੋੜਾ ਮੇਰੇ ਤੋਂ ਘਾਬਰਦੀ, ਕੀ ਵਜ੍ਹਾ ਹੈ, ਕਿਉਂ ਇੰਨਾ ਹੈ? ਅੱਛਾ, ਸਮਝਦੀ ਜਿਵੇਂ ਕੋਈ ਡਾਕਟਰ ਆ ਗਿਆ। ਅੱਛਾ ਭਾਈ ਅਹਿਮਦ, ਦੱਸੋ ਗੱਲ ਮੁਕਾਈਏ, ਤੇ ਕੀ ਇਹਦਾ ਲੇਖਾ ਲੁਖਾ ਆਪਾਂ ਲੈਣਾ? ਹਾਂਜੀ, ਨਹੀਂ ਯਾਰ, ਪੂਰੀ ਜੀ ਝੋਟੀ ਹੈ, ਤੇ ਜਿਹੜਾ ਨਾ, ਹਾਂ ਬੋਲੋ, ਖੁੱਲ ਕੇ ਬੋਲੋ। ਅੱਛਾ ਅੱਛਾ, ਬਸ ਸਹੀ ਹੋ ਗਿਆ, ਬਾਕੀ ਚੁਆਈ ਚੁਈ ਤਾਂ ਤੇਰੀ ਗਰੰਟੀ। ਅੱਛਾ, ਹੁਣ ਕੀ ਲੇਖਾ ਲੈਣਾ? ਦਿਓ ਬਾਦ ਨਾਮਾਂ ਦਾ ਕੋਈ ਰੱਖ, ਹੁਣ ਸਾਨੂੰ ਵੀ ਪਤਾ ਲੱਗੇ ਵੀ ਕੀ ਮੰਗਣਾ ਕੀ। ਫਾਈਨਲ 5 ਲੱਖ ਦੀ ਕੋਈ ਪਿਆਰ ਮੁਹੱਬਤ ਦੇ ਜੀ ਕਰੇਗਾ? ਅੱਛਾ,
ਲਓ ਜੀ, ਅਗਰ ਤੁਹਾਡੇ ਜਾਨਵਰ ਪਸੰਦ ਆਵੇ ਤਾਂ ਦੱਸਣਾ ਹੈ ਇਨਸ਼ਾਅੱਲਾ ਤਾਲਾ। ਬਾਕੀ ਬ੍ਰਾਂਡ ਹੈ, ਅੱਲਾ ਪਾਕ ਖੈਰ ਕਰੇ, 5 ਲੱਖ ਰੁਪਈਆ ਦੀ ਜਿਹੜੀ ਡਿਮਾਂਡ ਹੈ। ਅਤੇ ਚਲੋ ਇਨਸ਼ਾਅੱਲਾ ਤਾਲਾ, ਬਾਕੀ ਜਿਹੜੀ ਗੱਲ ਹੈ ਤੁਸੀਂ ਸਾਰੀ ਭਾਈ ਦੀ ਸੁਣ ਲਈ ਹੈ, ਅਹਿਮਦ ਦੀ, ਠੀਕ ਹੈ ਭਾਈ ਅਹਿਮਦ? ਚਲੋ ਜੀ, ਇਸ ਨਾਲ ਹੀ ਆਪਣੇ ਮੇਜ਼ਬਾਨ ਰਾਏ ਸਾਕਬ ਅਲੀ ਨੂੰ ਇਜਾਜ਼ਤ ਦਿਓ ਜੀ। ਅੱਲਾ ਹਾਫਿਜ਼।